ਇਮੀ ਜਿਹੜੀ ਪਰਮਾਨੈਂਟ ਰੈਜ਼ੀਡੈਂਟਸ ਦਾ ਟਾਰਗੇਟ ਆ ਇਮੀਗ੍ਰੇਸ਼ਨ ਲੈਵਲ ਪਲਾਨ ਜਿਹੜੀ ਅੱਜ ਰਿਲੀਜ਼ ਕੀਤੀ ਆ ਸਰਕਾਰ ਨੇ ਉਹਦੇ ਵਿੱਚ ਸਰਕਾਰ ਨੇ ਅਨਾਉਂਸ ਕੀਤਾ ਆ ਕਿ ਅਸੀਂ ਇਹਦੇ ਵਿੱਚ ਗਿਣਤੀ ਘਟਾ ਰਹੇ ਆ ਪਰਮਾਨੈਂਟ ਰੈਜ਼ੀਡੈਂਟਸ ਦੀ ਜਿਹੜਾ ਟਾਰਗੇਟ ਆ ਉਹਦੇ ਉੱਤੇ ਮਤਲਬ ਜਿਹੜਾ ਕਿ 5 ਲੱਖ ਦੇ ਕਰੀਬ ਸੀਗਾ ਉਹਨੂੰ ਇਹਨਾਂ ਨੇ ਘਟਾ ਕੇ ਤੇ ਥੱਲੇ ਲਿਆਉਣਾ ਸ਼ੁਰੂ ਕਰ ਦਿੱਤਾ 2025 ਦੇ ਵਿੱਚ 395000 ਜਿਹੜਾ ਸੀਗਾ ਤੇ 485000 ਟਾਰਗੇਟ 2024 ਦੇ ਲਈ 25 ਦੇ ਲਈ ਤੇ ਜਿਹੜਾ 24 ਦੇ ਲਈ 485000 ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ 26 ਦੇ ਵਿੱਚ 380000 ਤੇ 27 ਦੇ ਵਿੱਚ 365000 ਜਿਹੜੇ ਆ ਉਹਨਾਂ ਲੋਕਾਂ ਨੂੰ ਪੱਕਾ ਕੀਤਾ ਜਾਊਗਾ ਜਿਹੜਾ ਕਿ ਪਹਿਲਾਂ 5 ਲੱਖ ਸੀ ਸੋ ਉਹਨੂੰ ਘਟਾ ਕੇ ਉਹ ਘਟਦਾ ਘਟਦਾ ਅ ਇਸ ਵੇਲੇ 26 ਦੇ ਵਿੱਚ ਜਿਹੜਾ ਉਹ 380000 ਤੇ ਫੇਰ 27 ਦੇ ਵਿੱਚ 365000 ਦੇ ਉੱਤੇ ਆ ਗਿਆ ਇੱਕ ਬਹੁਤ ਵੱਡਾ ਕੱਟ ਆ ਇੱਕ ਬਹੁਤ ਜਿਹੜਾ ਵੱਡਾ ਕੱਟ ਦੱਸਿਆ ਜਾ ਰਿਹਾ ਇਸ ਵੇਲੇ 25 ਦੇ ਵਿੱਚ 395000 ਫਿਰ 380000 26 ਚ ਤੇ 27 ਦੇ ਵਿੱਚ 3 ਲੱਖ 65000 5 ਲੱਖ ਤੋਂ ਜਦੋਂ ਵੀ ਗ੍ਰਿਪੀਅਲ ਪਾਲਿਸੀ ਬਾਰੇ ਗੱਲਬਾਤ ਹੁੰਦੀ ਸੀ ਤਾਂ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਜਾਂਦੇ ਸੀ ਕੁਝ ਲੋਕ ਕਹਿੰਦੇ ਸੀ ਵੀ ਜਿੱਦਾਂ ਬਾਕੀ ਮੁਲਕਾਂ ਦੇ ਵਿੱਚ ਹੁੰਦਾ ਕੈਨੇਡਾ ਨੇ ਵੀ ਉਸੇ ਤਰ੍ਹਾਂ ਹੀ ਕਰਨਾ ਪਹਿਲਾਂ ਕਿਸੇ ਵੇਲੇ ਇੰਗਲੈਂਡ ਦੇ ਵਿੱਚ ਲੋਕ ਜਾਂਦੇ ਸੀ ਪੱਕੇ ਹੋ ਗਏ ਫਿਰ ਉੱਥੇ ਸ਼ਕਤੀ ਹੋ ਗਈ ਫਿਰ ਅਮਰੀਕਾ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਉਹੀ ਕੁਝ ਹੋਇਆ ਤੇ ਫਿਰ ਅਲਟੀਮੇਟਲੀ ਆਸਟ੍ਰੇਲੀਆ ਦੇ ਵਿੱਚ ਤੇ ਹੁਣ ਕੈਨੇਡਾ ਨੇ ਵੀ ਉਹੀ ਚੀਜ਼ ਨੂੰ ਕਰਨਾ ਪਰ ਦਲੀਲ ਦਿੱਤੀ ਜਾਂਦੀ ਸੀ ਕਿ ਇਮੀਗ੍ਰੇਸ਼ਨ ਤੋਂ ਬਿਨਾ ਕੈਨੇਡਾ ਦਾ ਸਰ ਨਹੀਂ ਸਕਦਾ ਜੇ ਇੱਥੇ ਬੰਦੇ ਨਹੀਂ ਹੋਣਗੇ ਕਿਉਂਕਿ ਅਜੇ ਵੀ ਉਹੀ ਦਲੀਲ ਆ ਕਿ ਜਾਂ ਤੇ ਇੱਥੇ ਪੋਪੂਲੇਸ਼ਨ ਦੇ ਵਿੱਚ ਬਜ਼ੁਰਗ ਜ਼ਿਆਦਾ ਆ ਜਾਂ ਬੱਚੇ ਜ਼ਿਆਦਾ ਆ ਜਿਹੜੀ ਕੰਮ ਕਰਨ ਵਾਲੀ ਪੀੜ੍ਹੀ ਆ ਜਾਂ ਵਰਗ ਆ ਉਹ ਇੱਥੇ ਹੈ ਨਹੀਂ ਜਿਹੜੇ ਜਿੰਨੀਆਂ ਮਨਿਸਟਰ ਜਿੰਨੇ ਪ੍ਰਧਾਨ ਮੰਤਰੀ ਪਹਿਲਾਂ ਜਿੰਨੇ ਵਿਰੋਧੀ ਧਿਰ ਦੇ ਆ ਕੋ ਇਹਹੀ ਸਟੇਟਮੈਂਟਾਂ ਦਿੰਦੇ ਸੀ ਇਹਹੀ ਸਟੇਟਮੈਂਟਾਂ ਖਵਾਰਾਂ ਦੇ ਵਿੱਚ ਸ਼ਪਤੀਆਂ ਸੀ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਲੋੜ ਆ ਬਈ ਫਿਰ ਇਹਨਾਂ ਨੇ ਜਦੋਂ ਹੁਣ ਬਹੁਤ ਕੁਝ ਜਿਹੜਾ ਬਦਲ ਗਿਆ ਉਹਦੇ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਦੇ ਵਿੱਚ ਸਖਤੀ ਕਰਨੀ ਚਾਹੀਦੀ ਆ ਸਖਤੀ ਕਰਨ ਦਾ ਮਤਲਬ ਇਹ ਸੀਗਾ ਲੋਕ ਇਹ ਸਮਝਦੇ ਸੀ ਕਿ ਜਿਹੜਾ ਪਰਮਾਨੈਂਟ ਰੈਜ਼ੀਡੈਂਟਸ ਦਾ ਇੱਕ ਸੈੱਟ ਟਾਰਗੇਟ ਆ ਉਹ ਤੋਂ ਥੱਲੇ ਨਹੀਂ ਹੋਣਾ ਉਹ 5 ਲੱਖ ਜਾਂ 5 ਲੱਖ ਤੋਂ ਵੱਧ ਹੀ ਹੋਣਾ ਹੌਲੀ ਹੌਲੀ ਕਿਉਂਕਿ ਲੋਡ ਵਧੀ ਜਾਣੀ ਆ ਬਾਕੀ ਇਹ ਏਹਟੋਤਾ ਕਰ ਸਕਦੇ ਆ ਵੀ ਸਟੂਡੈਂਟ ਵੀਜ਼ੇ ਘਟਾ ਦੇਣਗੇ ਵਰਕ ਪਰਮਿਟ ਘਟਾ ਦੇਣਗੇ ਟੈਂਪੋਰਰੀ ਫੋਰਨ ਵਰਕਰ ਘਟਾ ਦੇਣਗੇ ਪਰ ਜਿਨ੍ਹਾਂ ਨੂੰ ਪੀਆਰ ਦੇਣੀ ਹੈ ਉਹਨਾਂ ਦੇ ਨੰਬਰ ਨੂੰ ਨਹੀਂ ਘਟਾ ਸਕਦੇ ਪਰ ਇਹ ਦੇਖਣ ਨੂੰ ਜੋ ਇਹ ਬੜਾ ਇਤਿਹਾਸਿਕ ਫੈਸਲਾ ਆ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੈਨੇਡਾ ਦਾ ਪਹਿਲਾਂ ਬਹੁਤ ਘੱਟ ਸਮਿਆਂ ਦੇ ਵਿੱਚ ਇਦਾਂ ਹੋਇਆ ਕਿ 20% ਦੇ ਕਰੀਬ ਸਿੱਧਾ ਘਟ ਵੀ ਜਿਹੜਾ 5 ਲੱਖ ਤੋਂ ਸਿੱਧਾ ਘਟਾ ਕੇ 3,65,000 ਦੇ ਉੱਤੇ ਦੋ ਤਿੰਨ ਸਾਲਾਂ ਦੇ ਵਿੱਚ ਲੈ ਜਾਣਾ ਇਹ ਬਹੁਤ ਵੱਡਾ ਇੱਕ ਬਦਲਾ ਆਇਆ ਇਹ ਸਾਰੇ ਕੁਝ ਦੇ ਵਿੱਚ ਹੁਣ ਉਹ ਲੋਕ ਕਿੱਥੋਂ ਪੂਰੇ ਹੋਣਿਆ ਹੁਣ ਕੈਨੇਡਾ ਦੀ ਪੋਪੂਲੇਸ਼ਨ ਗ੍ਰੋਥ ਕਿੱਦਾਂ ਹੋਊਗੀ ਹੁਣ ਜਿਹੜਾ ਇਹ ਸਾਰਾ ਕਿਹਾ ਜਾ ਰਿਹਾ ਸੀ ਕੈਮੀਕਲ ਗ੍ਰੈਂਟਸ ਦੀ ਲੋੜ ਆ ਉਹ ਕਿੱਥੋਂ ਆਉਣਗੇ ਜਾਂ ਉਹਦੇ ਨਾਲ ਕਿੱਦਾਂ ਮੈਨੇਜ ਕਰਨਗੇ ਇਹ ਬੜਾ ਵੱਡਾ ਸਵਾਲ ਆ ਇਸ ਵੇਲੇ ਪਰ ਦੋ ਇਹਦੇ ਪਿੱਛੇ ਕਿਤੇ ਨਾ ਕਿਤੇ ਰਾਜਨੀਤਿਕ ਕਾਰਨ ਵੀ ਨਜ਼ਰ ਆਉਂਦੇ ਰਾਜਨੀਤਿਕ ਕਾਰਨ ਇਹ ਆ ਕੰਜ਼ਰਵਟਿਵ ਇਸ ਵੇਲੇ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ ਕੈਨੇਡਾ ਦੇ ਵਿੱਚ ਜੇ ਅੱਜ ਵੋਟਾਂ ਪੈ ਜਾਣ ਤੇ ਜਿਹੜੀਆਂ ਇਹਨਾਂ ਕੋਲ 155 ਸੀਟਾਂ ਲਿਬਰਲ ਕੋਲ ਸ਼ਾਇਦ ਕੱਲੀਆਂ 55 ਰਹਿ ਜਾਣ ਕੰਜ਼ਰਵਟਿਵ ਸਿੱਧੇ ਸਿੱਧੇ ਆਪਣੀ ਸਰਕਾਰ ਬਣਾਉਂਦੇ ਆ ਉਹਨਾਂ ਕੋਲੇ ਏਜੰਡਾ ਕੀ ਆ ਕੰਜ਼ਰਵਟਿਵ ਨੇ ਮੁੱਦਾ ਕੀ ਚੱਕਿਆ ਬੇਸਿਕਲੀ ਉਹਨਾਂ ਨੇ ਕਿਹਾ ਕਿ ਸਾਰਾ ਸਿਸਟਮ ਖਰਾਬ ਹੋ ਗਿਆ ਕੋਈ ਗਿਣਤੀ ਮਿੰਟਤੀ ਨਹੀਂ ਰਹੀ ਇਮੀਗ੍ਰੈਂਟਸ ਦਾ ਪਤਾ ਹੀ ਕੋਈ ਨਹੀਂ ਰਿਹਾ ਕਿੰਨੇ ਸੱਦ ਲੈ ਕੀ ਕੀਤੇ ਆ ਤੇ ਇਹ ਕਰਕੇ ਅਸੀਂ ਜਿਹੜਾ ਕਾਮਨ ਸੈਂਸ ਪਲਾਨ ਆ ਅਸੀਂ ਮਤਲਬ ਸਿੱਧੀ ਜੀ ਗੱਲਬਾਤ ਲੈ ਕੇ ਆਵਾਂਗੇ ਤੇ ਇਮੀਗ੍ਰੇਸ਼ਨ ਨੂੰ ਕੱਟ ਲੋਕ ਵੀ ਇੱਕ ਹੱਦ ਤੱਕ ਜਿਹੜੇ ਖਾਸ ਕਰਕੇ ਪਹਿਲਾਂ ਤੋਂ ਸੀਗਾ ਵੀ ਜਿਹੜੇ ਇੱਥੋਂ ਦੇ ਲੋਕ ਸੀਗੇ ਉਹ ਕਹਿੰਦੇ ਸੀਗੇ ਜਿਹੜੇ ਮਤਲਬ ਇੱਥੋਂ ਦੇ ਜੰਮੇ ਪਲੇ ਜਾਂ ਪੁਰਾਣੇ ਸੀਗੇ ਉਹ ਕਹਿੰਦੇ ਸੀ ਫੇਰ ਪਤਾ ਲੱਗਿਆ ਵੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਵਿੱਚੋਂ ਵੀ ਲੋਕ ਕਹਿਣ ਲੱਗ ਪਏ ਵੀ ਹੁਣ ਇਮੀਗ੍ਰੇਸ਼ਨ ਬੰਦ ਕਰ ਲਓ ਤੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਸਾਊਥ ਏਸ਼ੀਅਨ ਸੀ ਉਹ ਤੋਂ ਜ਼ਿਆਦਾ ਨੰਬਰ ਦੇ ਵਿੱਚ ਕਹਿਣ ਲੱਗ ਪਏ 87% ਕਹਿਣ ਲੱਗ ਪਿਆ ਵੀ ਸਖਤੀ ਕਰ ਦਿਓ ਤੇ ਜਦੋਂ ਲੋਕ ਸਖਤੀ ਕਰਨ ਨੂੰ ਕਹਿ ਰਹੇ ਆ ਤਾਂ ਫਿਰ ਕੰਜ਼ਰਵਟਿਵ ਕੋਲੇ ਏਜੰਡਾ ਹੀ ਇਹ ਹੈ ਹੁਣ ਇਹਦਾ ਲੱਗਦਾ ਕਿ ਲਿਬਰਲ ਪਾਰਟੀ ਨੇ ਉਹਨਾਂ ਦਾ ਏਜੰਡਾ ਹੀ ਜਿਹੜਾ ਚੱਕ ਲਿਆ ਵੀ ਤੁਸੀਂ ਜਿਹੜੀ ਗੱਲ ਦੇ ਉੱਤੇ ਸਾਨੂੰ ਭੰਡ ਰਹੇ ਆ ਜਿਸ ਗੱਲ ਤੇ ਤੁਸੀਂ ਸਾਡਾ ਵਿਰੋਧ ਕਰ ਰਹੇ ਆ ਅਸੀਂ ਉਹੀ ਜੋ ਤੁਸੀਂ ਆ ਕੇ ਕਰਨਾ ਜਾਂ ਲੋਕ ਜਿਸ ਕੰਮ ਦੇ ਲਈ ਤੁਹਾਨੂੰ ਅੱਗੇ ਲੈ ਕੇ ਆ ਰਹੇ ਆ ਕਿ ਤੁਸੀਂ ਆ ਕੇ ਕਰੋਗੇ ਅਸੀਂ ਪਹਿਲਾਂ ਹੀ ਕਰ ਦਿੰਨੇ ਆ ਤੇ ਉਹੀ ਗੱਲ ਉਹਨਾਂ ਨੇ ਕੀਤੀ ਅੱਜ ਅ ਕੱਲ ਲਿਬਰਲ ਕਾਕਸ ਦੀ ਮੀਟਿੰਗ ਸੀਗੀ ਉਹਦੇ ਵਿੱਚੋਂ ਵੀ ਕਈ ਕੁਝ ਸਾਹਮਣੇ ਆਇਆ ਪ੍ਰਧਾਨ ਮੰਤਰੀ ਦਾ ਵਿਰੋਧ ਵੀ ਜਿਹੜਾ ਪਹਿਲਾਂ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਕਿ ਉੱਥੇ ਇਹਨਾਂ ਦੇ ਅੰਦਰ ਪਾਰਟੀ ਦੇ ਵਿੱਚ ਹੀ ਹੈਗੇ ਸੋ ਇਮੀਗ੍ਰੇਸ਼ਨ ਓਵਰਆਲ ਇਮੀਗ੍ਰੇਸ਼ਨ ਇਹਨਾਂ ਨੇ ਰਿਡਿਊਸ ਕਰ ਦਿੱਤੀ ਆ ਜਿਹੜੀ ਜਦੋਂ ਇਕਨੋਮਿਕ ਇਮੀਗ੍ਰੇਸ਼ਨ ਦਾ ਟਾਰਗੇਟ ਆ 225 ਦੇ ਲਈ ਉਹਨੇ 15% ਘਟਾ ਦਿੱਤਾ 272000 ਇਕਨੋਮਿਕ ਇਮੀਗ੍ਰੇਸ਼ਨ ਦੀ categories ਦੇ ਵਿੱਚ ਲੋਕ ਸੱਦੇ ਹੋ ਸਿਰਫ 232000 ਸੱਦਣੇ ਆ ਜਿਹੜੇ 40% ਇਕਨੋਮਿਕ ਇਮੀਗ੍ਰੈਂਟਸ ਆ ਉਹ ਜਿਹੜੇ ਵਿਦਨ ਕੈਨੇਡਾ ਹੁੰਦੇ ਆ ਤੇ ਉਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਦੂਜੇ ਤਰੀਕੇ ਦੇ ਨਾਲ ਜਿਹੜਾ ਦੇਖ ਕੇ ਤੇ ਉਹਦੇ ਉੱਤੇ ਵੀ ਆਪਣੀਆਂ ਜਿਹੜਾ ਕਟਿਆ ਉਹ ਲਾ ਦਿੱਤਾ ਪਹਿਲਾਂ ਹੀ ਇਹਨਾਂ ਨੇ ਕਾਫੀ ਦੇਰ ਤੋਂ ਇਹ ਇਹ ਬੇਸਿਕਲੀ ਅਨਯੂਜੂਅਲ ਮੂਵ ਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੁਆਰਾ ਆਮ ਤੌਰ ਦੇ ਉੱਤੇ ਇਦਾਂ ਹੁੰਦਾ ਨਹੀਂ ਤੇ ਅਨਾਉਂਸਮੈਂਟ ਜਿਹੜੀ ਆ ਉਹ ਆਮ ਤੌਰ ਦੇ ਉੱਤੇ ਜਿਹੜੇ ਕਹਿ ਲਓ ਕਿ ਇਮੀਗ੍ਰੇਸ਼ਨ ਮਿਨਿਸਟਰ ਅਨਾਉਂਸ ਕਰਦਾ ਆ ਜਾਂ ਕੋਈ ਗੱਲਬਾਤ ਹੁੰਦੀ ਆ ਇੱਥੇ ਪ੍ਰਾਈਮ ਮਿਨਿਸਟਰ ਸਿੱਧੇ ਤੌਰ ਦੇ ਉੱਤੇ ਇਸ ਮਸਲੇ ਨੂੰ ਸੰਬੋਧਨ ਕਰ ਰਹੇ ਆ ਉਹ ਕਹਿੰਦੇ ਅਸੀਂ ਮਤਲਬ ਦੁਨੀਆ ਦਾ ਬਿਹਤਰੀਨ ਇੱਕ ਸਿਸਟਮ ਇੱਥੇ ਬਣਾਉਣਾ ਚਾਹੁੰਦੇ ਆ ਸੋ ਉਹਨਾਂ ਨੇ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਕਮਿਟਿਡ ਆ ਕਿ ਸੇਮੀਗ੍ਰੈਂਟਸ ਨੂੰ ਸਪੋਰਟ ਕਰਾਂਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਇਹਦੇ ਨਾਲ ਇਹ ਟੈਂਪਰੇਰੀ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਦੇ ਲੈਵਲ ਦੇ ਉੱਤੇ ਵੀ ਅਸਰ ਪਿਆ ਜਿਹੜੇ ਟਾਰਗੇਟ ਹੈਗਾ ਕਿ ਟੈਂਪਰੇਰੀ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਦਾ ਟਾਰਗੇਟ ਜਿਹੜਾ ਇਹਨਾਂ ਦੀ ਅਨਾਉਂਸਮੈਂਟ ਦੇ ਵਿੱਚੋਂ ਇਹ ਵੀ ਸੀਗਾ ਕਿਉਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਸਵਾਲ ਬਹੁਤ ਉੱਠੇ ਤੇ ਬਹੁਤ ਕੋਸ਼ਿਸ਼ ਮਾਮਲੇ ਦੇ ਵਿੱਚ ਹੋਇਆ ਇਹ ਕੱਟ ਤੇ ਬੜੇ ਲੰਬੇ ਸ਼ਮੇ ਤੋਂ ਲਾਉਣ ਲੱਗੇ ਆ ਸਟੂਡੈਂਟਸ ਦੇ ਉੱਤੇ ਪਾਬੰਦੀ ਜਿਹੜੇ ਜਿਹੜੇ 12ਵੀਂ ਤੋਂ ਬਾਅਦ ਆਉਂਦੇ ਉਹਨਾਂ ਦੇ ਉੱਤੇ پابੰਦੀ ਟੈਂਪਰੇਰੀ ਫੋਰਨ ਵਰਕਰ ਦੀ ਇਹਨਾਂ ਨੇ ਕੱਲ ਪੇ ਵਧਾ ਦਿੱਤੀ ਹੈ ਤਾਂ ਕਿ ਜਿਹੜੇ ਏਮਪਲੋਇਰ ਆ ਉਹ ਹਾਇਰਿੰਗ ਕਰ ਸਕਣ ਫੋਰਨ ਵਰਕਰ ਨੂੰ ਕੈਨੇਡੀਅਨ ਬੰਦੇ ਨੂੰ ਰੱਖਣ ਜਿਹਨੂੰ ਘੱਟ ਤਨਖਾਹ ਦੇਣੀ ਪੈਣੀ ਆ 20% ਤਨਖਾਹ ਦੂਜੇ ਪਾਸੇ ਇਹਨਾਂ ਨੇ ਵਧਾ ਦਿੱਤੀ ਆ ਜਿਹੜੇ ਸਟੱਡੀ ਪਰਮਿਟ ਆ ਉਹ ਮਾਸਟਰਸ ਜਾਂ ਪੀ ਐਚ ਡੀ ਸਟੂਡੈਂਟਸ ਨੂੰ ਹੀ ਇਸ਼ੂ ਕੀਤੇ ਕਈ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਤਬਦੀਲੀਆਂ ਕੀਤੀਆਂ ਪਰ ਜਿਹੜੀ ਅੱਜ ਦੀ ਤਬਦੀਲੀ ਆ ਇਹ ਸੱਚਮੁੱਚ ਬਹੁਤ ਵੱਡੀ ਆ ਕੈਨੇਡਾ ਦਾ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ ਉਹ ਵੀ ਐਸ ਵੇਲੇ ਸਕਰੂਟੀਨੀ ਦੇ ਅੰਡਰ ਆ ਉਹਦੇ ਉੱਤੇ ਵੀ ਸਵਾਲ ਉੱਠਿਆ ਐਲ ਐਮ ਆਈਏ ਵਾਲੇ ਮਾਮਲੇ ਦੇ ਉੱਤੇ ਵੀ ਸਵਾਲ ਉੱਠੇ ਆ ਤੇ ਹੁਣ ਇਹਨਾਂ ਨੇ ਜਿਹੜੇ ਸਟੱਡੀ ਪਰਮਿਟ ਉਹ ਵੀ ਘੱਟ ਦਿੱਤੇ ਆ ਜਿੰਨੇ ਇਹ ਪਿਛਲੇ ਸਾਲਾਂ ਵਿੱਚ ਦਿੰਦੇ ਆ ਅੱਜ ਦੀ ਇਹ ਬਹੁਤ ਵੱਡੀ ਖਬਰ ਆ ਤੇ ਦੇਖੋ ਹੁਣ ਇਹਦੇ ਤੋਂ ਬਾਅਦ ਜਸਟਨ ਟੂਟੋ ਦੀ ਜਿਹੜੀ ਉਹਨਾਂ ਦੀ ਜਿਹੜੀ ਪੋਪੂਲਾਰਿਟੀ ਆ ਉੱਤੇ ਜਾਂਦੀ ਆ ਜਾਂ ਕੀ ਇਹ ਕਰਦੇ ਆ ਤੇ ਕੀ ਇਹਦਾ ਅਸਲ ਦੇ ਵਿੱਚ ਹਾਊਸਿੰਗ ਦੇ ਉੱਤੇ ਕੀ ਅਸਰ ਪੈਂਦਾ ਕਮਾਂਕਾਰਾਂ ਦੇ ਉੱਤੇ ਕੀ ਅਸਰ ਪੈਂਦਾ ਬਹੁਤ ਵੱਡੀ ਤਬਦੀਲੀ ਹੈ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੀਤੀ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ